ਅਸਲਾਮੁਅਲੈਕਮ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਸੋ ਤੇ ਅੱਜ ਦੇ থামਨੇਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਸੀ ਕਿ ਅੱਜ ਅਸਾਂ ਕੀ ਬਣੰਦੇ ਪਏ ਸੇ ਦੇਸੀ ਤਰੀਕੇ ਨਾਲ ਅਸਾਂ ਤੁਹਾਨੂੰ ਬਣਾਣਾ ਸਿਖਾਵਾਂ ਚਿਕਨ ਕਬਾਬ ਜਿਹੜੇ ਬਹੁਤ ਮਜ਼ੇਦਾਰ ਤੇ ਬਹੁਤ ਟੇਸਟੀ ਤੇ ਬਹੁ ਹੀ ਚਸਲੇ ਹੋਸਣ ਠੀਕ ਹੈ ਤੇ ਸੌਫਟ ਜੂਸੀ ਠੀਕ ਹੈ ਜਿਹੜਾ ਤੁਸੀਂ ਖਾਓ ਤੇ ਆਪਣੇ ਘਰ ਵਾਲਿਆਂ ਕੋਲ ਹੀ ਦਾਦ ਘਿਨੋ ਤੇ ਆਪਣੇ ਹਮਸਾਇਆ ਕੋਲ ਹੀ ਦਾਦ ਘਿਨੋ ਠੀਕ ਹੈ ਹਮਸਾਇਆ ਕੋ ਜ਼ਰੂਰ ਜ਼ਰੂਰ ਟੇਸਟ ਕਰਵਾਏ ਤੁਸੀਂ ਜੇ ਵਲੇ ਇਹ ਬਣੇ ਸੋ अपने कबाब ठीक है चिकन दे यमी टेस्टी कबाब जड़े ता अगर तेरे ग्रिल कह नहीं सीखा कह नहीं तो असा बहुत ईजी तरीका तो देसी तरीका डे सू के तरच कबाब बना के खा सकते हो जड़े असें बाजारों खाने उतने पैसे के असं घर बना के ਆਪਣੀ ਪੂਰੀ ਫੈਮਲੀ ਬਲਕਿ ਪੂਰੇ ਖਾਨਦਾਨ ਨੂੰ ਖਵਾ ਸਕਦੇ ਸੀ ਹੇਕ ਕਿਲੋ ਅਸਾਂ ਕੀਮਾ ਘੇਨ ਗਿਦੇ ਹੇਕ ਗਿਦੀ ਅਸਾਂ ਪਿਆਸ ਵੱਡੀ ਵਾਲੀ ਬੀਆ ਅਸਾਂ ਗਿਦੇ ਸਾਰੀਆਂ ਮਿਰਚਾਂ ਥੂਮ ਤੇ ਅਦਰਕ ਠੀਕ ਹੈ ਅਸਾਂ ਇਹਨਾਂ ਦਾ ਪੇਸਟ ਬਣਾ ਗਿੰਸੂ ਤੇ ਹੁਣ ਅਸਾਂ ਕੀਮਾ ਜ਼ਰਾ ਘੇਨਾ ਸੇ ਵਲਾ ਜ਼ਰਾ ਇਕੋ ਅਸਾਂ ਕੋਟ ਘਿੰਸੂ ਬੀਆ ਥੋੜਾ ਕੇ ਸਾਡਾ ਕੀਮਾ ਜਿਹੜਾ ਹੈ ਤਾਂ ਇੱਕ ਜਾਣ ਧੀ ਵੰਜ ਇਕੋ ਅਸਾਂ ਦੋਰੀ ਡੰਡ ਕੇ ਚਿਕਟੇ ਸੂ ਗ੍ਰੈਂਡਰ ਵਿੱਚ ਕੈਨਿਕ ਇੰਕੁਟਨਾ ਇਕੋ ਅਸਾਂ ਕੋਟ ਕੇ ਤੇ ਇਹ ਦੇਖੋ ਹੁਣ ਸਾਡਾ ਵੀ ਇਹ ਸਾਰੇ ਮਸਾਲੇ ਅਸਾਂ ਗ੍ਰੈਂਡ ਕਰ ਗਿਤੇ ਨੇ ਔਰ ਪਿਆਜ਼ ਦਾ ਜਿਹੜਾ ਪਾਣੀ ਉਹ ਤੁਸੀਂ ਕੱਢ ਗਿਨੇ ਠੀਕ ਹੈ ਨਿਚੋੜ ਗਿਨੇ ਪਿਆਜ਼ ਦਾ ਪਾਣੀ ਤੇ ਹੁਣ ਨਾਲ ਹੀ ਅਸਾਂ ਥੂਮ ਛੂਮ ਛੱਟ ਕੇ ਸਾਵੀਆਂ ਮਿਰਚਾਂ ਛੱਟ ਕੇ ਅਦਰਕ ਛੱਟ ਕੇ ਨਾਲ ਹੀ ਅਸਾਂ ਵੱਲ ਇਕੋ ਸੂ ਠੀਕ ਹੈ ਪਿਆਸ ਕੋਈ ਕੁਟ ਗਿੰਸੂ ਹੁਣ ਅਸਾ ਗਿੰਦੇ ਹੁਣ ਅਸਾ ਗਿੰਸੂ ਡਰਾਈ ਮਸਾਲੇ ਚੜੇ ਹੁੰਦੇ ਚ ਅਸਾ ਸਟੇ ਸੂ ਇਹ ਧਨੀਏ ਦਾ ਪਾਊਡਰ ਜ਼ੀਰਾ ਤੇ ਕਾਲੀ ਮਿਰਚਾਂ ਦਾ ਪਾਊਡਰ ਰੱਤੀ ਮਿਰਚ ਅਸਾ ਪੀਸੀ ਹੋਈ ਗਿੰਸੂ ਠੀਕ ਹੈ ਹਲਦੀ ਅਸਾ ਸਟੇ ਸੂ ਅਸਾ ਦੇਸੀ ਤਰੀਕੇ ਨਾਲ ਬਣੇਂਦੇ ਖੜੇ ਸਹੀ ਗਾਲ ਤਾਂ ਸਾ ਹਲਦੀ ਸਟੀ ਹਲਦੀ ਅਸਾ ਸਟੀ ਇਹ ਸਾ ਵੀ ਰੱਤੀਆਂ ਮਿਰਚਾਂ ਤੇ ਨਮਕ ਆਪਣੀ जायके मुताबिक तुसा सटो कम या ज्यादा वो तो अपनी चॉइस है जिम्मे ताकू मसाल मिर्च मसाला तुसा होते मुताबिक वाल इन्होंने को अच्छे तरीके नाल तुसा मिक्स कर दिना सा मिक्स थी गया ठीक है देखो साडा मिक्स थी गया हूँ असा उू पतली पतली शेप्च बना हूँ असा एक जड़ा फ्राई करेसू अपने ਫਰਾਈ ਪੈਨ ਵਿੱਚ ਥੋੜਾ ਸਾਰਾ ਘੀ ਸਾਟ ਕੇ ਡੀਪ ਫਰਾਈ ਕਹਿ ਨਾ ਕਰੇ ਸੋ ਅਸਾਂ ਹਲਕੇ ਉਹਦੇ ਵਿੱਚ ਸ਼ੈਲੋ ਫਰਾਈ ਅਸਾਂ ਕਰੇ ਸੋ ਤੇ ਸ਼ੈਲ ਇਹ ਤਰਫ ਤੋਂ ਸਾਟ ਕੇ ਬਈ ਤਰਫ ਤੋਂ ਅਸਾਂ ਦੋਨੋਂ ਤਰਫ ਤੋਂ ਅਸਾਂ ਕਰੇ ਸੋ ਜ਼ਰਾ ਕੋ ਦਮ ਲੈ ਸੋ ਹੁਣ ਅਸਾਂ ਇੱਕੂ ਜੜਾ ਹੈ ਤਾਂ ਕੋਲਿਆ ਦਾ ਦਮ ਲੈ ਸੋ ਤੇ ਇਹਦੇ ਉੱਤੇ ਅਸਾਂ ਸਟੇ ਸੋ ਹਲਕਾ ਸਾਰਾ ਘੀ ਤੇ ਬਾਰਬੀਕਿਊ ਫਲੇਵਰ ਦੇਵਨ ਕੀਤੇ ਇਹ ਸਾਡੇ ਜੜਾ ਤਾਂ ਹੁਣ ਅਸਾਂ ਪਿਆਜ਼ ਦੀ ਜਿਹੜੀ ਹੈ ਗਾਰਨਿਸ਼ ਕਰੇຊੂ ਤੇ ਸਾਵੀਆਂ ਮਿਰਚਾਂ ਦੀ ਟਮਾਟਰ ਦੀ ਅਸਾਂ ਇਹਦੇ ਉੱਤੇ ਗਾਰਨਿਸ਼ ਕਰੇ ਕਰੇຊੂ ਇਹ ਦੇਖੋ ਸਾਡੇ ਜਿਹੜਾ ਇਹ ਘਰ ਦੇ ਚ ਪਾਣੀ ਕੇ ਕਬਾਬ ਬਹੁ ਹੀ ਮਜ਼ੇਦਾਰ ਤੇ ਬਹੁ ਹੀ ਟੇਸਟੀ ਠੀਕ ਹਨ ਤੇ ਔਰ ਅਸਾਂ ਥੋੜੀ ਦੇਰ ਨਾ ਕੁਦਮ ਲਾਇਆ ਢੰਮ ਲਾਵਣ ਤੋਂ ਬਾਅਦ ਇਹ ਦੇਖੋ ਸਾਡੇ ਕबाब ਠੀਕ ਤਿਆਰ ਤੇ ਨਾਲ ਅਸਾਂ ਬਣਾਈਏ ਨਹੀਂ ਦਾ ਰਾਇਤਾ ਜਿਹੜਾ ਬਹੁ ਹੀ ਮਜ਼ੇਦਾਰ ਤੇ ਬਹੁ ਹੀ ਟੇਸਟੀ ਹੋਸੀ ਤੇ ਇਹ ਦੇਖੋ ਅਸਾਂ ਹੁਣ ਆਪਣਾ ਜੜਾਏ ਕਬਾਬ ਨੂੰ ਟੇਸਟ ਕਰਦੇ ਸੇ ਤੇ ਅਸਾਂ ये बहु ही मज़ेदार बहु ही टेस्टी उम्मीद कर तक ये अज की डिश साड़ी पसंद आई हो सी एक जरूर ट्राई कराए अगर मेरी डिशा तक उभदिया ने तो जरूर अपने घर ट्राई कराओ तो आप, आप ही खाओ अपने बालों ही कोई खवाओ तो अपने घर आल् कोई खवाओ ठीक है तो अपने हमसाएँ रिश्तेदार बल्कि पूरी फैमिली को ही तुसा खवाओ अगर त मेरे चैनल को सबसक्राइब क्या नहीं किया तो मेरे चैनल को जरूर सबसक्राइब कराए अपने फ्रेंड्स एंड फैमिली के नाल शेयर कराए मिलते हैं तक एक नई वीडियो के नले तक अल्लाह हाफिज़